और मस्जिद के बिल्कुल बाहर खड़ के मस्जिद के विचों जिहड़ा मस्जिद के नेड़े तो लंगर है जिहड़ा वह सेवा सिख भाईचारे के लिए की जा रही है। आज थोनू नहीं लगता कि मस्जिद के मूहरे अज जो काम होया बड़ा ही विलक्षण काम होया? देखो मलेरकोटले दे विच जिहड़ा अज मस्जिद के मूहरे विलक्षण आ, ओंकार का सूरज निकला दूर हुआ अंधेरा, नानक की बाणी सुनकर जाग उठा जग सारा। रै भोज की तलवंडी के राजे रै बरार मोहम्मद पट्टी ने यह सुपना वेख्या सी कि तलवंडी विखे नूर का एक दरिया बगेगा। श्री गुरु नानक साहब का गुड़ती भी एक मुसलमान दाई दौलत ने दी थी। साडिया सांझां दा सिलसिला था उस वेले तो चल रहा है। जो अज कम मस्जिद के मूहरे टेंट लाया होया सिख संगत आ रही है, मुसलमान वीरां नूं सरोपा पा के उन्हां दा जिहड़ा सन्मान है ਉਹ ਕੀਤਾ ਜਾ ਰਿਹਾ। ਉਹੀ ਪੁਰਾਣਾ ਜਿਹੜਾ ਪੰਜਾਬ ਹੈ 47 ਤੋਂ ਪਹਿਲਾਂ ਦਾ ਉਹ ਯਾਦ ਆਉਂਦਾ। ਸਾਡਾ ਰਮਾਲਾ ਸਾਹਿਬ ਇੱਥੇ ਉੱਥੇ ਪਹੁੰਚਿਆ ਹੋਵੇ, ਤੁਸੀਂ ਵਾਪਸ ਪਾਕਿਸਤਾਨ ਪਹੁੰਚਿਆ ਸੀ, ਭੁੱਲ ਗਏ ਸੀ ਇੱਥੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਰਿਆਸਤੀ ਸ਼ਹਿਰ ਮਲੇਰਕੋਟਲਾ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ, ਜਿੱਥੇ ਇਸ ਵੇਲੇ ਨਗਰ ਕੀਰਤਨ ਹੈ 551ਵੇਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੌਕੇ ਦੇ ਉੱਤੇ ਉਹ ਨਿਕਲ ਰਿਹਾ। ਪਰ ਇਸ ਨਗਰ ਕੀਰਤਨ ਦਾ ਇੱਕ ਵਿਲੱਖਣ ਜਿਹੜਾ ਦ੍ਰਿਸ਼ ਹੈ, ਵਿਲੱਖਣ ਨਜ਼ਾਰਾ ਹੈ, ਤੁਹਾਨੂੰ ਉਹ ਵੀ ਅਸੀਂ ਦਿਖਾ ਦਿੰਦੇ ਹਾਂ। ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਮੁਸਲਿਮ ਸਾਂਝਾ ਨੇ ਔਰ ਮਸਜਿਦ ਦੇ ਬਿਲਕੁਲ ਬਾਹਰ ਖੜ ਕੇ ਮਸਜਿਦ ਦੇ ਵਿੱਚੋਂ ਜਿਹੜਾ ਮਸਜਿਦ ਦੇ ਨੇੜੇ ਤੋਂ ਲੰਗਰ ਹੈ ਜਿਹੜਾ ਉਹ ਸੇਵਾ ਸਿੱਖ ਭਾਈਚਾਰੇ ਦੇ ਲਈ ਉਹ ਕੀਤੀ ਜਾ ਰਹੀ ਹੈ। ਮੁਸਲਮਾਨ ਭਾਈਚਾਰੇ ਵੱਲੋਂ ਸਿੱਖ ਮੁਸਲਿਮ ਸਾਂਝਾ ਉਹ ਸੰਸਥਾ ਜਿਹੜੀ ਸਿੱਖ ਮੁਸਲਿਮ ਸੰਸਥਾ ਜਿਹੜੀ ਹਮੇਸ਼ਾ ਹੀ ਚਾਹੇ ਕਿਸਾਨਾਂ ਦੇ ਧਰਨੇ ਦਾ ਮਾਮਲਾ ਹੋਵੇ ਜਾਂ ਫਿਰ ਨਗਰ ਕੀਰਤਨ ਵੱਖੋ ਵੱਖ, ਪਿਛਲੇ ਸਾਲ ਉਸ ਵੇਲੇ ਜਿਹੜੀ ਸਿੱਖ ਮੁਸਲਿਮ ਸਾਂਝਾ ਉਸ ਵੇਲੇ ਚਰਚਾ ਦੇ ਵਿੱਚ ਆਈ ਸੀ ਜਦੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਲੰਗਰ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਗਈ ਸੀ। ਸਾਡੇ ਨਾਲ ਸਿੱਖ ਮੁਸਲਿਮ ਸਾਂਝਾ ਦੇ ਸਰਪ੍ਰਸਤ ਡਾਕਟਰ ਮੁਹੰਮਦ ਨਸੀਰ ਅਖਤਰ ਨੇ। ਡਾਕਟਰ ਸਾਹਿਬ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਦੇ। ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਤੁਸੀਂ ਚਾਹੇ ਉਹ ਕਿਸਾਨਾਂ ਦੇ ਧਰਨਿਆਂ ਦਾ ਮਾਮਲਾ ਹੋਵੇ ਜਾਂ ਫਿਰ ਨਗਰ ਕੀਰਤਨ ਹੋਵੇ, ਹਰ ਪਾਸੇ ਸਿੱਖ ਮੁਸਲਿਮ ਸਾਂਝਾਂ ਦੀ ਜਿਹੜੀ ਤੁਸੀਂ ਆਵਾਜ਼ ਹੈ ਮਾਰ ਰਹੇ ਹੋ। ਓਂਕਾਰ ਕਾ ਸੂਰਜ ਨਿਕਲਾ ਦੂਰ ਹੁਆ ਅੰਧਿਆਰਾ, ਓਂਕਾਰ ਕਾ ਸੂਰਜ ਨਿਕਲਾ ਦੂਰ ਹੁਆ ਅੰਧਿਆਰਾ, ਨਾਨਕ ਕੀ ਬਾਣੀ ਸੁਣਕਰ ਜਾਗ ਉਠਾ ਜਗ ਸਾਰਾ। ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਹੀ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਆਪਸੀ ਸਾਂਝਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਜਿਹਾ ਕਿ ਪ੍ਰਸਿੱਧ ਸਿੱਖ ਵਿਦਵਾਨ ਅਤੇ ਕਵੀ ਪ੍ਰੋਫੈਸਰ ਮੋਹਨ ਸਿੰਘ ਜੀ ਲਿਖਦੇ ਨੇ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਠੀਕ ਪਹਿਲਾਂ ਰੈ ਭੋਜ ਦੀ ਤਲਵੰਡੀ ਦੇ ਰਾਜੇ ਰੈ ਬਰਾਰ ਮੁਹੰਮਦ ਪੱਟੀ ਨੇ ਇਹ ਸੁਪਨਾ ਵੇਖਿਆ ਸੀ ਕਿ ਤਲਵੰਡੀ ਵਿਖੇ ਨੂਰ ਦਾ ਇੱਕ ਦਰਿਆ ਵਗੇਗਾ ਜੋ ਲੋਕਾਂ ਦੇ ਵਿਰਾਨ ਪਏ ਦਿਲਾਂ ਨੂੰ ਜਾਂ ਵਿਰਾਨ ਪਏ ਮਨਾਂ ਨੂੰ ਰੱਬੀ ਨੂਰ ਨਾਲ ਰੋਸ਼ਨ ਕਰੇਗਾ। ਨਾਨਕ ਪ੍ਰਕਾਸ਼ ਪੱਤਰਿਕਾ ਮਾਰਚ 1969 15 ਅਪ੍ਰੈਲ 1469 ਨੂੰ ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਰਾਏ ਭੋਜ ਦੀ ਤਲਵੰਡੀ ਵਿਖੇ ਆਗਮਨ ਹੁੰਦਾ ਹੈ ਤਾਂ ਉਸ ਸਮੇਂ ਦੇ ਜਿਹੜਾ ਦ੍ਰਿਸ਼ ਹੈ ਉਹਨੂੰ ਸਿੱਖ ਵਿਦਵਾਨ ਪ੍ਰੋਫੈਸਰ ਮੋਹਨ ਸਿੰਘ ਜੀ ਆਪਣੇ ਸ਼ਬਦਾਂ ਵਿੱਚ ਇਉਂ ਵਰਣਨ ਕਰਦੇ ਨੇ ਕਿ ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ ਹੈ ਤਾਂ ਜਿਹੜੀ ਦੌਲਤਾਂ ਦਾਈ ਸੀ ਮੁਸਲਮਾਨ ਦੌਲਤਾਂ ਦਾਈ ਉਸਨੇ ਗੁਰੂ ਸਾਹਿਬ ਦਾ ਆਗਮਨ ਹੁੰਦੇ ਹੀ ਚੁੱਕੇ ਉਹਨੂੰ ਛਾਤੀ ਨਾਲ ਲਾ ਲਿਆ ਅਤੇ ਫਿਰ ਕੋਸੇ ਪਾਣੀ ਨਾਲ ਇਸ਼ਨਾਨ ਕਰਾ ਕੇ ਰੇਸ਼ਮੀ ਕੱਪੜੇ ਪਾ ਦਿੱਤੇ। ਉਸ ਤੋਂ ਬਾਅਦ ਬਿਸਮਿਲ੍ਲਾ ਪੜ੍ਹ ਕੇ ਸ਼ਹਿਰ ਚਟਾ ਕੇ ਗੁੜ੍ਹਤੀ ਦੇ ਦਿੱਤੀ। ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਤਾਂ ਗੁੜ੍ਹਤੀ ਵੀ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਦਿੱਤੀ ਗਈ ਸੀ। ਸਾਡੀਆਂ ਸਾਂਝਾਂ ਦਾ ਸਿਲਸਿਲਾ ਤਾਂ ਉਸ ਵੇਲੇ ਤੋਂ ਚੱਲ ਰਿਹਾ ਜਦੋਂ ਗੁਰੂ ਸਾਹਿਬ ਦਾ ਸੰਸਾਰ 'ਚ ਆਗਮਨ ਹੋਇਆ। ਇਹ ਉਹਨਾਂ ਸਾਂਝਾਂ ਨੂੰ ਵੀ ਬਰਕਰਾਰ ਰੱਖਣ ਵਾਸਤੇ ਅਸੀਂ ਲੰਗਰ ਦਾ ਜਿਹੜਾ ਹੈ ਸੇਵਾ ਕੀਤੀ ਹੈ ਤਾਂ ਕਿ ਸਾਡੀ ਉਹ ਕਹਿੰਦੇ ਨੇ ਨਾ ਸਿੱਖਾਂ ਦੇ ਗੁਰੂ ਮੁਸਲਮਾਨਾਂ ਦੇ ਪੀਰ ਬਾਬਾ ਨਾਨਕ ਸ਼ਾਹ ਫਕੀਰ ਬਾਬਾ ਨਾਨਕ ਸ਼ਾਹ ਫਕੀਰ ਇਸੇ ਸਾਂਝੇ ਨੇ ਸਾਡੇ ਗੁਰੂ ਸਾਹਿਬ ਵੀ ਸਾਂਝੇ ਨੇ ਸਾਡੇ ਸਾਂਝਾਂ ਵੀ ਸਾਂਝੀਆਂ ਨੇ। ਸੋ ਸਾਡੇ ਨਾਲ ਇੱਥੇ ਸਿੱਖ ਭਾਈਚਾਰੇ ਦੇ ਲੋਕ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਕੀ ਨਾਂ ਜੀ ਤੁਹਾਡਾ? ਜਸਵਿੰਦਰ ਸਿੰਘ ਜੀ। ਖਾਲਸਾ। ਜਸਵਿੰਦਰ ਜੀ ਕਿਹੋ ਜਿਹਾ ਲੱਗ ਰਿਹਾ ਅੱਜ? ਮੈਂ ਦੇਖ ਰਿਹਾ ਸੀ ਤੁਸੀਂ ਬਹੁਤ ਨਜ਼ਦੀਕੀ ਨਾਲ ਬਹੁਤ ਗੌਰ ਨਾਲ ਸਾਰਾ ਚੀਜ਼ ਵਾਚ ਰਹੇ ਹੋ।
सब तो पहला वाहेगुरु जी का खालसा वाहेगुरु जी की फतेह। जिवें कि डॉक्टर साहब ने दसा भी जी सिख मुसलिम सांझ आ ये गुरु नानक साहब के भाई मरदाने जी तो आरंभ हो गई सी। गुरबाणी के महाराज का हुक्म आप बाणिया कहानियां पुत सपुत करेन, जिथे सिख कौम अज अपने बाबे की याद न मना रही आ उत्थे ही भाई मरदाने के वारस मुसलमान भरा सिखां दे नाल सांझ पैदा कर रहे थे। वो आपसी भाईचारक जी सांझ आ मिल के बाबे गुरु नानक महाराज जो जन्म आनू मना रहे हैं, तो बड़ी ही खुशी की गल आ कि बड़ा सोहना लग रहा भी जो 47 तो बाद साढ़े वितकरे पाए गए हैं तीसरी धिर वालों, अज असं वितकर खत्म करके मुड़ गुरु नानक साहब की उस लीह के उपर चढ़ गया, आपसी सांझा कायम करके हर मुश्किल का सामना असं डट के करने तैयार हो गया। बहुत पर बहुत सारिया जिहड़ियां मिथिहासिक गल्लां भी साडे इतिहास दे विच हिस्सा बना दित्तियां गईयां सी, साजिशां करके दूरियां बड़ियां पाईयां, ते तुहानूं नहीं लगदा कि इस तरह के इनिशिएटिव ने जिहड़े ओ वेले को वेले जिहड़ा जदों मौका लगे ते होणे चाहीदे ने लैणे चाहीदे ने लोकां नूं सिख कौम वल्लों वी और मुसलमानां वल्लों वी। जी बिल्कुल जरूर, क्योंकि जब 47 की वंड हुई आ उस तो बाद तीजी धर ने इन्ने जोरदार हमला किया साडे आपसी दो भरावां दे विच वी सारी उम्र वास्ते इह दूर हो जाण। जब तो सिख मुसलिम सांझा पंजाब दे डॉक्टर नसीर अख्तर उन्होंने जुम्मा चुकिया, हर सिख धर्म का जो भी कोई भी गुरपुरब होंदा भावें शहीदी दिहाड़ा भावें कोई नगर कीर्तन ननकाणा साहब तो आरंभ हो सी, उहदे हर मूहरे पहले पैर ते मोढे नाल मोढा ला के यह खड़ते हैं, नाल की जिथे भी सिख कौम नूं लोड़ पैंदी आ उत्थे उन्हां दा साथ दिंदे ने। इस तरह के जिहड़े अपने प्रोग्राम जे इस तरह ही चलते रहन तां जिहड़ी साडी आपसी दूरियां पैदा गई तीजी धिर जो हथियार वरत रही सी ਉਹ ਨਾਕਾਮ ਹੋ ਜਾਣਗੇ ਤੇ ਸਾਡੀ ਉਹ ਆਪਸੀ ਭਾਈਚਾਰਕ ਚਾਹ ਜਿੱਥੇ ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨਾ ਜੀ ਹਰ ਪਹਿਰ ਨਾਲ ਰਹਿੰਦੇ ਸੀ ਹਰ ਮੁਸ਼ਕਲ ਦੇ ਨਾਲ ਉਹਨਾਂ ਦੇ ਨਾਲ ਖੜੇ ਸੀ, ਅਸੀਂ ਉਸ ਸੋਚ ਨੂੰ ਦੁਬਾਰਾ ਲੋਕਾਂ ਦੇ ਵਿੱਚ ਪੈਦਾ ਕਰ ਸਕਦੇ ਹਾਂ, ਦਿਖਾ ਸਕਦੇ ਹਾਂ ਵੀ ਅਸੀਂ ਵਾਰਸ ਜਿੱਥੇ ਸਿੱਖ ਕੌਮ ਗੁਰੂ ਨਾਨਕ ਦੀ ਵਾਰਸ ਹੈ ਉੱਥੇ ਮੁਸਲਮਾਨ ਭਾਈਚਾਰ ਭਾਈ ਮਰਦਾਨੇ ਦੇ ਵਾਰਸ ਨੇ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਸੋ ਤਸਵੀਰਾਂ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਦੇ ਹਾਂ, ਤਸਵੀਰਾਂ ਮਲੇਰਕੋਟਲਾ ਦੇ ਸਰੰਦੀ ਗੇਟ ਦੀਆਂ ਨੇ ਜਿੱਥੇ ਇਸ ਵੇਲੇ ਨਗਰ ਕੀਰਤਨ ਹੈ ਜਿਹੜਾ ਸਿੱਖ ਭਾਈਚਾਰੇ ਵੱਲੋਂ ਸਜਾਇਆ ਜਾ ਰਿਹਾ ਔਰ ਇੱਥੇ ਜਿਹੜੀ सेवा ओ मुसलमान भाईचारे वालों की जा रही है बड़े रीझ नाल बड़े चावां नाल जिहड़े लंगर छका जा रहा। सचकाल भाई जी चावल बड़े रीझ नाल खा रहे सी तुसी सारे थोड़ी फैमिली सारा परिवार किहो जिहा लग रहा मुसलमान भाईचारे ने अज सेवा कीती है? वधिया लग रहा है। ਤੁਹਾਨੂੰ ਨਹੀਂ ਲੱਗਦਾ ਕਿ ਮਾਤਾ ਜੀ ਇਦਾਂ ਦਾ ਜਿਹੜਾ ਸਤਿ ਸ਼੍ਰੀ ਅਕਾਲ ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਦੇ ਕੰਮ ਹੁੰਦੇ ਰਹਿਣੇ ਚਾਹੀਦੇ ਨੇ? ਬਹੁਤ ਹੈ ਜਿਹੜਾ ਰਲ ਮਿਲ ਕੇ ਆਪਾਂ ਇੱਥੇ ਰਹਿੰਦੇ ਸਾਰੇ ਮਲੇਰਕੋਟਲੇ ਵਿੱਚ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਨਾ, ਤੇ ਬਾਕੀ ਚੌਲ ਵੀ ਬੜੇ ਸਵਾਦ ਬਣੇ ਨੇ ਸਾਰੇ, ਅਸੀਂ ਆਪਾਂ ਭੈਣ ਭਾਈ ਰਲ ਮਿਲ ਕੇ ਰਹੀਏ ਇੱਕ ਜਗ੍ਹਾ ਤੇ ਗੁਰੂ ਮਹਾਰਾਜ ਦਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਅਸੀਂ ਧੂਮ ਧਾਮ ਨਾਲ ਮਨਾਉਂਦੇ ਰਹੀਏ ਗੁਰੂ ਮਹਾਰਾਜ ਤੇ ਕਿਰਪਾ ਕਰੇ। ਸੋ ਸਾਡੇ ਨਾਲ ਇੱਥੇ ਕੁਝ ਕੁ ਹੋਰ ਵੀ ਜਿਹੜੀਆਂ ਭੈਣਾਂ ਹੈਗੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ। ਗੁਰਜੀਤ ਜੀ ਮੈਂ ਦੇਖਿਆ ਤੁਸੀਂ ਸਾਰਾ ਸਿਸਟਮ ਇੱਥੇ ਪਹਿਲਾਂ ਦੇਖ ਕੇ ਗਏ ਹੋ, ਫਿਰ ਤੁਸੀਂ ਵਾਚਿਆ ਬੜੇ ਗੌਰ ਨਾਲ ਹਰ ਚੀਜ਼ ਤੁਸੀਂ ਆਬਜ਼ਰਵ ਕਰ ਰਹੇ ਹੋ, ਕੀ ਚੱਲ ਰਿਹਾ ਮਨ 'ਚ ਇਸ ਵੇਲੇ? ਇਸ ਵੇਲੇ ਬਹੁਤ ਖੁਸ਼ੀ ਹੈ ਜੀ ਸਾਨੂੰ ਇਸ ਮਨ ਦੇ ਵਿੱਚ ਵੀ ਸਾਡੇ ਸਾਰੇ ਭੈਣ ਭਾਈ ਅਸੀਂ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹਾਂ, ਸਾਨੂੰ ਬਹੁਤ ਖੁਸ਼ੀ ਹੋਈ ਹੈ, ਸਾਡੇ ਵੀਰ ਸਾਡੇ ਨਾਲ ਆ, ਅਸੀਂ ਸਾਰੇ ਇੱਕ ਹਾਂ, ਸਿੱਖ ਹਿੰਦੂ ਸਿੱਖ ਮੁਸਲਮ ਅਸੀਂ ਇੱਕ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਸਾਡੀਆਂ ਚਾਹੇ ਮੁਸਲਮਾਨ ਔਰਤਾਂ ਹੋਣ ਜਾਂ ਸਿੱਖ ਸਾਡੀਆਂ ਭੈਣਾਂ ਹੋਣ ਘਰ ਦੇ ਵਿੱਚ ਗੁੜਤੀ ਦੇਣੀ ਚਾਹੀਦੀ ਹੈ ਸਾਡੇ ਬੱਚਿਆਂ ਨੂੰ ਸਿੱਖ ਮੁਸਲਿਮ ਸਾਂਝਾ ਦੀ? ਹਾਂਜੀ ਹਾਂਜੀ, ਸਾਡਾ ਸਾਂਝਾ ਧਰਮ ਆ ਜੀ, ਸਾਨੂੰ ਬਹੁਤ ਖੁਸ਼ੀ ਆ, ਅਸੀਂ ਇੱਕ ਰਲ ਬਣ ਕੇ ਚੱਲਾਂਗੇ ਇੱਕ ਰਹਾਂਗੇ। ਸੋ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਬੜੇ ਚਾਅ ਨਾਲ ਜਿਹੜੇ ਇੱਥੇ ਉਹ ਚਾਵਲ ਨੇ ਛੱਕ ਰਹੇ ਨੇ, ਬੱਚੇ ਤੋਂ ਲੈ ਕੇ ਬਜ਼ੁਰਗ ਹਰੇਕ ਵਰਗ ਇਸ ਨਗਰ ਕੀਰਤਨ ਦਾ ਹਿੱਸਾ ਬਣਿਆ ਹੋਇਆ। ਤੁਸੀਂ ਕਦੇ ਲੰਗਰ ਵੱਲ ਦੇਖਦੇ ਹੋ, ਕਦੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਬਾਅਦ ਸੰਗਤ ਵੱਲ ਦੇਖਦੇ ਹੋ, ਕੀ ਚੱਲ ਕੀ ਰਿਹਾ ਦਿਮਾਗ? ਚੱਲ ਰਿਹਾ, ਗੁਰੂ ਨਾਨਕ ਸਾਹਿਬ ਦਾ 551 ਜਨਮ ਦਿਹਾੜਾ ਮਨਾ ਰਿਹਾ, ਉਹ ਸਿੱਖ ਤੇ ਹਿੰਦੂ ਤੇ ਸਿੱਖਾਂ ਦਾ ਭਾਈਚਾਰਾ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ। ਬਹੁਤ ਵਧੀਆ ਪ੍ਰੋਗਰਾਮ ਮਲੇਰਕੋਟਲੇ ਚੱਲ ਰਿਹਾ ਜੀ, ਸਿੱਖਾਂ ਦਾ ਤੇ ਮੁਸਲਮਾਨਾਂ ਦਾ ਇਕੱਠ ਨੂੰ ਦੇਖ ਕੇ ਬੜੀ ਮਨ 'ਚ ਖੁਸ਼ੀ ਹੋ ਰਹੀ। ਕੀ ਕਹਿ ਰਹੇ ਹੋ? ਹਾਂਜੀ, ਮੇਰਾ ਨਾਮ ਪ੍ਰੋਫੈਸਰ ਕੁਲਦੀਪ ਸਿੰਘ ਆ, ਮੈਂ ਇਹ ਗੱਲ ਕਹਿਣਾ ਚਾਹੁੰਦਾ ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਮਿੱਠਤ ਨੀਵੀਂ ਨਾਨਕਾ ਗੁਣ ਚੰਗੇ ਆ ਤੱਤ,
ਵੀ ਆਪਸੀ ਪਿਆਰ ਨਾਲ ਰਹੋ। ਇਹ ਤਾਂ ਮਤਲਬ ਜੋ ਹਿਸਟਰੀ ਸੀ ਆਪਣੇ ਕਲਚਰ ਦੀ, ਉਹ ਹਿਸਟਰੀ ਨੂੰ ਜਦੋਂ ਲੋਕ ਪੜ੍ਹਦੇ ਨੇ ਸਹੀ ਵਾਜਦੇ ਨੇ, ਜੋ ਗੁਰੂਆਂ ਮਹਾਰਾਜਾਂ ਨੇ ਉਪਦੇਸ਼ ਬਾਣੀ ਦੇ ਵਿੱਚ ਦਿੱਤਾ ਸੀ, ਉਹਨੂੰ ਅਸਲੀ ਜਾਮਾ ਇਸ ਤਰ੍ਹਾਂ ਸਾਂਝੀ ਵਾਲਤਾ ਨਾਲ ਅਪਣਾਇਆ ਜਾਂਦਾ ਹੈ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਿੱਧੀਆਂ ਮਲੇਰਕੋਟਲੇ ਤੋਂ ਦਿਖਾ ਰਿਹਾ, ਜਿੱਥੇ ਸਿੱਖ ਮੁਸਲਿਮ ਸਾਂਝਾ ਭਾਈਚਾਰੇ ਵੱਲੋਂ ਪਹਿਲਾਂ ਜਿਹੜਾ ਸਨਮਾਨ ਕੀਤਾ ਗਿਆ, ਪੰਜ ਪਿਆਰਾਂ ਦਾ ਸਨਮਾਨ ਕੀਤਾ ਗਿਆ, ਉਸ ਤੋਂ ਬਾਅਦ ਤੇ ਹੁਣ ਜਿਹੜਾ ਸਿੱਖ ਭਾਈਚਾਰੇ ਵੱਲੋਂ ਜਿਹੜਾ ਮੁਸਲਮਾਨ ਵੀਰਾਂ ਨੂੰ ਸਰੋਪਾ ਪਾ ਕੇ ਉਹਨਾਂ ਦਾ ਜਿਹੜਾ ਸਨਮਾਨ ਹੈ ਉਹ ਕੀਤਾ ਜਾ ਰਿਹਾ। ਤਸਵੀਰਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਵਿਲੱਖਣ ਇਤਿਹਾਸ ਅੱਜ ਜਿਹੜਾ ਸ਼ਹਿਰ ਮਲੇਰਕੋਟਲਾ ਦੇ ਵਿੱਚ ਇੱਕ ਬਣ ਰਿਹਾ ਹੈ ਸਿੱਖ ਮੁਸਲਿਮ ਸਾਂਝਾਂ ਦਾ। ਬੜਾ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਚੈਪਟਰ ਹੈ ਜਿਹੜਾ ਉਹ ਲਿਖਿਆ ਜਾ ਰਿਹਾ ਹੈ, ਸਿੱਖ ਮੁਸਲਿਮ ਸਾਂਝਾਂ ਦਾ ਜਿਹੜਾ ਇਤਿਹਾਸ ਹੈ ਉਹ ਲਿਖਿਆ ਜਾ ਰਿਹਾ ਹੈ। ਤੇ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਮਲੇਰਕੋਟਲੇ ਤੋਂ ਲਾਈਵ ਤਸਵੀਰਾਂ। ਸੋ ਇਹ ਤਸਵੀਰਾਂ ਉਹ ਤਸਵੀਰਾਂ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਤਿਹਾਸ ਸਿਰਜਣਾ ਹੈ ਸਿੱਖ ਮੁਸਲਿਮ ਸਾਂਝਾਂ ਦਾ, ਜਿਸ ਨੂੰ ਦੇਖ ਕੇ ਸਾਡਾ ਭਵਿੱਖ ਤੈਅ ਹੋਏਗਾ। ਸੋ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਮਲੇਰਕੋਟਲਾ ਤੋਂ। ਬਾਬਾ ਜੀ ਬੜਾ ਭਾਵੁਕ ਮਾਹੌਲ ਆ ਅੱਜ ਫਿਰ ਉਹੀ ਸੰਤਾਲੀਆਂ ਤੋਂ ਪਹਿਲਾਂ ਦਾ ਜਿਹੜਾ ਪੰਜਾਬ ਹੈ ਇਸ ਧਰਤੀ ਨੇ ਯਾਦ ਕਰਵਾਤਾ, ਕੀ ਕਹੋਗੇ? ਮਲੇਰਕੋਟਲਾ ਇੱਕ ਗੁਲਦਸਤਾ ਸ਼ਹਿਰ ਆ। ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦੇ ਉੱਤੇ ਮੁਸਲਿਮ ਭਾਈਚਾਰੇ ਨੇ ਨਗਰ ਕੀਰਤਨ ਦਾ ਜਿਹੜਾ ਸਵਾਗਤ ਕੀਤਾ, ਇਹ ਉਹੀ ਪੁਰਾਣਾ ਜਿਹੜਾ ਪੰਜਾਬ ਆ 47 ਤੋਂ ਪਹਿਲਾਂ ਦਾ ਉਹ ਯਾਦ ਆਉਂਦਾ ਵੀ ਕਿਵੇਂ ਹਿੰਦੂ ਮੁਸਲਿਮ ਸਿੱਖ ਪਹਿਲਾਂ ਪੰਜਾਬ ਦੇ ਵਿੱਚ ਰਹਿੰਦੇ ਸੀ 47 ਤੋਂ ਪਹਿਲਾਂ। ਉਸ ਤੋਂ ਬਾਅਦ ਵੀ ਜਿਹੜਾ ਮਲੇਰਕੋਟਲਾ ਇਹਦੇ ਵਿੱਚ ਮੁਸਲਮਾਨ ਤੇ ਸਿੱਖ ਹਿੰਦੂ ਭਾਈਚਾਰੇ ਦੀ ਇਹ ਮਿਸਾਲ ਆ ਜਿਹੜੀ ਅੱਜ ਅਸੀਂ ਦੇਖ ਰਹੇ ਹਾਂ। ਮੁਸਲਿਮ ਭਾਈਚਾਰੇ ਨੇ ਨਗਰ ਕੀਰਤਨ ਦਾ ਇੰਨਾ ਭਰਮਾ ਸਵਾਗਤ ਕੀਤਾ, ਸਾਰੇ ਬੰਦੇ ਇੱਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਕਰ ਰਹੇ ਨੇ, ਲੰਗਰ ਚਲਾ ਰਹੇ ਨੇ। ਇਹ ਬਹੁਤ ਹੀ ਇੱਕ ਖੁਸ਼ੀ ਭਰਿਆ ਮਾਹੌਲ ਆ, ਬਹੁਤ ਵਧੀਆ ਇੱਕ ਯਾਦ ਕਰਾ ਰਿਹਾ ਹੈ ਹਿੰਦੂ ਸਿੱਖ ਮੁਸਲਿਮ ਏਕਤਾ ਦਾ ਜਿਹੜਾ ਪ੍ਰਤੀਕ ਆ ਉਹ ਅੱਜ ਪ੍ਰਤੱਖ ਨਜ਼ਰ ਆ ਰਿਹਾ। ਆ ਤੁਹਾਨੂੰ ਨਹੀਂ ਲੱਗਦਾ ਕਿ ਮਸਜਿਦ ਦੇ ਮੂਹਰੇ ਅੱਜ ਜੋ ਕੰਮ ਹੋਇਆ ਬੜਾ ਹੀ ਵਿਲੱਖਣ ਕੰਮ ਹੋਇਆ? ਦੇਖੋ ਮਲੇਰਕੋਟਲੇ ਦੇ ਵਿੱਚ ਜਿਹੜਾ ਅੱਜ ਮਸਜਿਦ ਦੇ ਮੂਹਰੇ ਇਹ ਵਿਲੱਖਣ ਆ, ਇਸ ਤੋਂ ਪਹਿਲਾਂ ਹਾਰਾ ਨਾਰਾ ਗੁਰਦੁਆਰੇ ਸਾਹਿਬ ਦੇ ਵਿੱਚ ਰੋਜੇ ਖੜਵਾਏ ਗਏ, ਉੱਥੇ ਨਮਾਜ਼ ਅਦਾ ਕੀਤੀ ਗਈ। ਇਹ ਜਿਹੜਾ ਮਲੇਰਕੋਟਲਾ ਇੱਕ ਬਹੁਤ ਹੀ ਵੱਡਾ ਦੁਨੀਆ ਨੂੰ ਇਹ ਸੰਕੇਤ ਆ ਵੀ ਸਿੱਖ ਤੇ ਮੁਸਲਮਾਨ ਬਹੁਤ ਹੀ ਭਰਾਵਾਂ ਵਾਂਗ ਰਹਿੰਦੇ ਨੇ। ਇਹ ਤਸਵੀਰਾਂ ਤੁਹਾਨੂੰ ਮਲੇਰਕੋਟਲੇ ਤੋਂ ਦਿਖਾ ਦਿੰਦੇ ਹਾਂ, ਮਲੇਰਕੋਟਲੇ ਤੋਂ ਲਾਈਵ ਤਸਵੀਰਾਂ। ਇਸ ਵੇਲੇ ਨਗਰ ਕੀਰਤਨ ਹੈ ਜਿਹੜਾ ਉਹ ਮੇਨ ਚੌਂਕ ਸਰਹੰਦੀ ਗੇਟ ਦੇ ਵਿੱਚੋਂ ਲੰਘ ਰਿਹਾ, ਔਰ ਇਸ ਦਾ ਜਿਹੜਾ ਭਰਵਾਂ ਸਵਾਗਤ ਹੈ ਉਹ ਮੁਸਲਮਾਨ ਭਾਈਚਾਰੇ ਵੱਲੋਂ ਕੀਤਾ ਗਿਆ। ਸਾਡੇ ਨਾਲ ਕੁਛ ਕੁ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੋ ਜਿਹਾ ਲੱਗ ਰਿਹਾ ਅੱਜ ਤੁਹਾਨੂੰ ਮਾਹੌਲ? ਕਿਹੋ ਜਿਹਾ ਲੱਗ ਰਿਹਾ ਤੁਹਾਨੂੰ? ਨਹੀਂ ਲੱਗਦਾ ਕਿ 47 ਤੋਂ ਪਹਿਲਾਂ ਵਾਲਾ ਪੰਜਾਬ ਸਾਨੂੰ ਯਾਦ ਆ ਗਿਆ? ਬਿਲਕੁਲ ਯਾਦ ਆ ਗਿਆ ਪੰਜਾਬ। ਪੰਜਾਬ ਇੱਥੇ ਤਾਂ ਪੰਜਾਬ ਦੀ ਤਾਂ ਗੁਲਦਸਤਾ ਸਾਡਾ ਇੱਕ, ਇੱਥੇ ਹਿੰਦੂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਆ, ਕਦੇ ਕੋਈ ਝਗੜਾ? ਮੇਰੀ 72 ਸਾਲ ਦੀ ਉਮਰ ਹੋ ਚੁੱਕੀ ਹੈ, ਇੱਥੇ 36 ਸਾਲ ਮੈਨੂੰ ਰਹਿੰਦੇ ਨੂੰ ਹੋ ਗਏ ਨੇ ਮਲੇਰਕੋਟਲੇ 'ਚ। ਸਾਡੇ ਬਹੁਤ ਫਰੈਂਡਸ਼ਿਪ ਦੇ ਰਿਲੇਸ਼ਨ ਨੇ ਲੋਕਾਂ ਨਾਲ, ਕਦੇ ਕੋਈ ਝਗੜਾ ਹੋਇਆ ਨਹੀਂ, ਨਾ ਪਰਮਾਤਮਾ ਕਰੇ ਅੱਲਾ ਕਰੇ ਹੋਵੇ। ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੁਸਲਮਾਨ ਵੀਰਾਂ ਦਾ ਜਿਹਨਾਂ ਐਡੀ ਵੱਡੀ ਸੂਲੀ ਮੋਰ ਉਹ ਸਰਹੰਦੀ ਗੇਟ ਖੜੇ ਹਾਂ। ਸਰਹੰਦੀ ਗੇਟ ਸਾਨੂੰ ਸਰਹੰਦ ਦੀ ਯਾਦ ਆਉਂਦਾ ਹਮੇਸ਼ਾ, ਜਿੱਥੇ ਸਾਹਿਬਜ਼ਾਦੇ ਸਾਡੇ ਉਹ ਸ਼ਹੀਦ ਹੋਏ ਉਹਨਾਂ ਇਹ ਉੱਥੇ ਹਾਵਾ ਨਾ ਦਾ ਮਾਰਿਆ ਗਿਆ, ਉਹ ਵੀ ਸਾਨੂੰ ਬਹੁਤ ਯਾਦ ਆਉਂਦਾ ਇੱਥੇ ਆ ਕੇ। ਸਰਹੰਦੀ ਗੇਟ ਹੁਣ ਸਾਨੂੰ ਉਹੀ ਚੀਜ਼ ਯਾਦ ਆਉਂਦੀ ਸਾਡੇ। ਜੀ ਜੀ ਜੀ। ਇਸ ਕਰਕੇ ਅਸੀਂ ਬਹੁਤ ਧੰਨਵਾਦ ਕਰਦੇ। ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਨੇ ਦੋਨਾਂ ਕੌਮਾਂ ਨੂੰ ਨੇੜੇ ਹੋਣ ਵਾਸਤੇ ਲੋਕਾਂ ਨੂੰ ਲੈਣੇ ਚਾਹੀਦੇ ਨੇ? ਬਹੁਤ ਲੈਣਾ ਚਾਹੀਦੇ, ਬਹੁਤ ਇਕੱਠੇ ਸਮਾਜ ਨੂੰ ਰਹਿਣਾ ਚਾਹੀਦਾ ਤਾਂ ਕਿ ਅਸੀਂ ਕੁਛ ਆਪਣੇ ਪ੍ਰਾਪਤ ਕਰ ਸਕੀਏ ਇਸ ਕੰਟਰੀ ਦੇ ਵਿੱਚ। ਮੈਂ ਹੁਣੇ ਕਰਤਾਰਪੁਰ ਸਾਹਿਬ ਵੀ ਜਾ ਕੇ ਆਇਆ, ਉੱਥੇ ਸਾਨੂੰ ਬਹੁਤ ਮਾਣ ਸਨਮਾਨ ਮਿਲਿਆ। ਕਿਹੋ ਜਿਹਾ ਪਿਆਰ ਮਿਲਿਆ? ਬਹੁਤ ਜ਼ਿਆਦਾ ਪਿਆਰ ਮਿਲਿਆ, ਉਹ ਅੱਖਾਂ 'ਚ ਵਰਣ ਕਰਨਾ ਬਹੁਤ ਮੁਸ਼ਕਿਲ ਹੈ। ਸਾਡੇ ਨਾਲ ਮੁਸਲਮਾਨ ਵੀਰਾਂ ਨੇ, ਸਾਡੇ ਨਾਲ ਸਾਡੀਆਂ ਭੈਣਾਂ ਨੇ ਸਾਡੇ ਨਾਲ ਖੜ ਕੇ ਫੋਟੋਆਂ ਖਿਚਾਈਆਂ ਉੱਥੇ, ਬਹੁਤ ਹੀ ਵੱਡਾ ਸਾਨੂੰ ਸਤਿਕਾਰ ਦਿੱਤਾ ਗਿਆ ਉੱਥੇ ਵੀ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਦਾ। ਤੇ ਤੁਸੀਂ ਕਰਤਾਰਪੁਰ ਸਾਹਿਬ ਬਾਰੇ ਕੁਝ ਗੱਲ ਕਰ ਰਹੇ ਸੀ? ਹਾਂਜੀ, ਇਹੀ ਕਹਿੰਦੇ ਬਈ ਲੰਗਰ ਬਾਰੇ ਵੀ ਕਰਦੇ ਸੀ ਵੀ ਤੁਸੀਂ ਬਹੁਤ ਬਹੁਤ ਸਾਡੇ ਵਾਸਤੇ ਇੱਕ ਆ ਸੀ, ਹਿੰਦੂ ਮੁਸਲਮਾਨ ਸਿੱਖ ਇਸਾਈ ਸਾਰੇ ਇੱਕੋ ਹੀ ਆ ਜੀ, ਅਸੀਂ ਬਹੁਤ ਬਹੁਤ ਖੁਸ਼ੀ ਹੋਈ ਜੀ ਸਾਨੂੰ ਦੇਖ ਕੇ, ਬਹੁਤ ਬਹੁਤ ਖੁਸ਼ੀ ਹੋਈ। ਜਿਹੜਾ ਤੁਸੀਂ ਤੁਹਾਡਾ ਵੀ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ, ਮੈਂ ਬਹੁਤ ਦੇਖਦਾ ਰਹਾਂ ਤੁਹਾਡਾ, ਬਹੁਤ ਤੁਸੀਂ ਲੋਕ ਹਿੱਤ ਦੇ ਮੁੱਦੇ ਉਠਾਉਂਦੇ ਹੋ,
ਜਿਹੜੇ ਮੈਨੂੰ ਬਹੁਤ ਹੀ ਚੰਗੇ ਲੱਗਦੇ ਨੇ, ਮੈਂ ਤੁਹਾਡਾ ਹਰ ਇੱਕ ਵੀਡੀਓ ਤਕਰੀਬਨ ਦੇਖਦਾ। ਬਹੁਤ ਬਹੁਤ ਸ਼ੁਕਰੀਆ ਸੋ ਸਾਹਿਬ, ਬਹੁਤ ਜ਼ਿਆਦਾ ਸਾਨੂੰ ਰਿਸਪੈਕਟ ਮਿਲਿਆ, ਸਾਨੂੰ ਪਿਆਰ, ਸਾਡੇ ਨਾਲ ਤਸਵੀਰਾਂ ਖਿਚਾਉਂਦੇ ਸੀ ਤੁਹਾਡੇ ਭਾਈਚਾਰਾ, ਦੂਸਰਾ ਭਾਈਚਾਰਾ। ਕਰਤਾਰਪੁਰ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਤੁਹਾਡਾ? ਬਹੁਤ ਵਧੀਆ ਰਿਹਾ ਸਾਡੇ, ਅਸੀਂ ਇੰਨਾ ਲੱਗਿਆ ਵੀ ਸਾਨੂੰ ਇੰਪ੍ਰੈਸ ਕੀਤਾ, ਸਾਨੂੰ ਥੋੜ੍ਹਾ ਸਰਕਾਰਾਂ ਤੋਂ ਇਹੋ ਜਿਹਾ ਲੱਗਦਾ ਸੀਗਾ ਵੀ ਇਸ ਤਰ੍ਹਾਂ ਦੀ ਕੋਈ ਗਲਤ ਸਾਡੇ ਕੋਲ ਜਜਮੈਂਟ ਨਾ ਲੈਣ, ਪਰ ਇੰਨਾ ਸਾਨੂੰ ਉਹਨਾਂ ਲੋਕਾਂ ਨੇ, ਉਹਨਾਂ ਭਾਈਚਾਰੇ ਨੇ ਇੰਨਾ ਪਿਆਰ ਦਿੱਤਾ, ਸਾਡੇ ਨਾਲ ਖੁਸ਼ੀ ਹੁੰਦੀ ਸੀਗੀ ਜਦੋਂ ਸਾਡੇ ਨਾਲ ਤਸਵੀਰਾਂ ਖਿਚਾਉਂਦੇ ਸੀਗੇ। ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਜਿਹੜੇ ਹੁਣ ਤੱਕ ਜਦੋਂ ਵੀ ਬੋਲਦੇ ਨੇ ਤਾਂ ਅੱਗ ਉਗਲਦੇ ਨੇ ਦੋਨਾਂ ਕੌਮਾਂ ਦੇ ਲਈ? ਉਹ ਲੋਕ ਵਧੀਆ ਨਹੀਂ, ਵਤੀਰਾ ਵਧੀਆ ਨਹੀਂ ਕਰਦੇ ਹੈਗੇ, ਕੌਮਾਂ ਦੇ ਵਿੱਚ ਫਰਕ ਵਧਾ ਰਹੇ ਨੇ, ਕੋਈ ਸੀਗਾ ਉਹਨਾਂ ਨੂੰ, ਉਹਨਾਂ ਆਪਣੇ ਮਿਸ਼ਨ ਚੋਂ ਕਦੇ ਵੀ ਸਫਲ ਨਹੀਂ ਹੋਣਗੇ। ਇਹ ਸਾਡੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਸਾਡਾ ਤਾਂ ਅੱਬਲ ਅੱਲਾ ਨੂਰ ਪਾਇਆ ਕੁਦਰਤ ਸਾਹਿਬ ਬੰਦੇ, ਅਸੀਂ ਤਾਂ ਉਸ 'ਤੇ ਚੱਲ ਰਹੇ ਹਾਂ। ਜਿਹੜੇ ਅੱਗ ਉਗਲਦੇ ਨੇ ਉਹਨਾਂ ਨੂੰ ਮੁਬਾਰਕਾਂ ਆਪਦੀਆਂ, ਉਗੜੀ ਜਾਣ ਅਤੇ ਅਸੀਂ ਆਪਣਾ ਕੰਮ ਕਰਦੇ ਰਹਿਣਾ। ਸਿੱਖ ਪਰਿਵਾਰ ਵੀ ਸਾਨੂੰ ਲੰਗਰ ਹਾਲ ਦੇ ਵਿੱਚ ਮਿਲਿਆ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ, ਆਮ ਸਾਡੇ ਭਾਈਚਾਰਾ ਸਿੱਖ ਪਰਿਵਾਰਾਂ ਵਾਂਗੂ ਸਾਡੇ ਨਾਲ ਗੱਲਬਾਤ ਵੀ ਕਰਦੇ, ਕੋਈ ਪ੍ਰੋਬਲਮ ਨਹੀਂ। ਰਾਜਵੀ ਸਾਹਿਬ ਇੰਨੀ ਉੱਥੇ ਮਿਲ ਲਈ, ਅਸੀਂ ਆਪਣਾ ਰੁਮਾਲਾ ਸਾਹਿਬ ਭੁੱਲ ਗਏ ਬਾਰਡਰ 'ਤੇ ਹਿੰਦੁਸਤਾਨ ਦੇ ਪਿੱਛੇ, ਉਸ ਉਹਨਾਂ ਨਾਲ ਗੱਲ ਕੀਤੀ ਅਤੇ ਸਾਨੂੰ ਬਕਾਇਦਾ ਉਹ ਸਿਕਿਉਰਿਟੀ ਸਾਹਿਬ ਨੇ ਕੁਰਸੀਆਂ ਦਿੱਤੀਆਂ। ਹੁਣੇ ਅਰੇਂਜਮੈਂਟ ਕਰਦਾ ਇੱਕ ਸਿੱਖ ਭਾਈ ਨੂੰ ਬੁਲਾਇਆ ਗਿਆ, ਉਸੇ ਟਾਈਮ ਉਹਨਾਂ ਨੇ ਉੱਥੇ ਮੈਸੇਜ ਦਿੱਤਾ, ਉਦੋਂ ਸਾਡਾ ਰੁਮਾਲਾ ਸਾਹਿਬ ਇੱਥੇ ਉੱਥੇ ਪਹੁੰਚਿਆ, ਉਹਦੀ ਵਾਪਸ ਪਾਕਿਸਤਾਨ ਪਹੁੰਚਿਆ, ਅਸੀਂ ਭੁੱਲ ਗਏ ਸੀ ਇੱਥੇ, ਗੱਡੀ 'ਚ ਭੁੱਲ ਗਏ ਸੀ ਆਪਦੀ 'ਚ, ਅਸੀਂ ਉੱਥੇ ਜਾ ਰਹੇ ਅਤੇ ਉੱਥੇ ਸਾਨੂੰ ਜਿੱਥੇ ਰਿਸੈਪਸ਼ਨ ਦੀ, ਉੱਥੇ ਸਾਨੂੰ ਕਹਿੰਦੇ ਇੱਥੇ ਬੈਠੋ, ਉਹ ਸਾਡਾ ਮੰਗਾ ਕੇ ਦਿੱਤਾ ਵਾਪਸ ਉੱਥੋਂ। ਬਲਰਾਜ ਸਿੰਘ ਸੰਧੂ ਮੇਰਾ ਨਾਂ ਹੈ, ਮੈਂ ਰਿਟਾਇਰ ਮੈਨੇਜਰ ਹਾਂ, ਇਹ ਵੀ ਰਿਟਾਇਰ ਮੈਨੇਜਰ ਨੇ ਬੈਂਕ ਦੇ। ਜੀ ਤੁਹਾਡਾ ਕੀ ਨਾਂ ਹੈ? ਮਹਿੰਦਰ ਸਿੰਘ। ਮਹਿੰਦਰ ਸਿੰਘ, ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਧੰਨਵਾਦ ਕਰਦੇ ਅਸੀਂ ਜਿਹੜੇ ਲੋਕ ਮੁੱਦੇ ਉਠਾਉਂਦੇ ਹੋ, ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਅਤੇ ਇਹੋ ਜਿਹੇ ਮੁੱਦੇ ਉਠਾਉਂਦੇ ਰਹੋ, ਇਹੀ ਸਾਡੀ ਦੁਆ ਹੈ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਤਸਵੀਰਾਂ ਸੀ, ਇਹ ਵਿਚਾਰ ਸੀ ਉਹਨਾਂ ਲੋਕਾਂ ਦੇ ਜਿਹੜੇ ਅੱਜ ਗਵਾਹ ਬਣੇ ਨੇ ਸਿੱਖ ਮੁਸਲਿਮ ਸਾਂਝਾ ਭਾਈਚਾਰੇ ਦੇ ਵੱਲੋਂ ਕੀਤੀ ਜਾ ਰਹੀ ਸੇਵਾ ਦੇ, ਔਰ ਲੋਕਾਂ ਦੇ ਇਹੋ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਜਿਹੜੇ ਪ੍ਰੋਗਰਾਮ ਨੇ, ਇੱਦਾਂ ਦੇ ਇਨੀਸ਼ੀਏਟਿਵ ਨੇ, ਉਹ ਦੋਵਾਂ ਹੀ ਭਾਈਚਾਰਿਆਂ ਵੱਲੋਂ ਸਮੇਂ ਸਮੇਂ ਸਿਰ ਲਏ ਜਾਣੇ ਚਾਹੀਦੇ ਨੇ। ਕੈਮਰਾਮੈਨ ਵਰੁਣ ਸ਼ਰਮਾ ਦੇ ਨਾਲ ਮੈਂ ਕਾਸੀ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਮਲੇਰਕੋਟਲਾ।